ਰਵੀ ਯਿਸੂ ਮਸੀਹ ਦੀ ਹਜ਼ੂਰੀ ਵਿੱਚ ਆਏ ਸਾਰੇ ਭੈਣਾਂ ਭੈਣ ਜੈ ਮਸੀਹ ਦੀ ਆਓ ਅਸੀਂ ਸਰਵ ਸ਼ਕਤੀਮਾਨ ਦੇ ਵਚਨ ਵਿੱਚੋਂ ਸਿੱਖੀਏ ਪਾਸਟਰ ਬਣਨ ਦਾ ਆਸਾਨ ਤਰੀਕਾ ਸੇਵਕ ਬਣਨ ਦਾ ਆਸਾਨ ਤਰੀਕਾ ਸੋ ਮੇਰੇ ਪਿਆਰੇ ਭੈਣ ਭਾਈਓ ਪ੍ਰਭੂ ਦੀ ਬਾਣੀ ਵਿੱਚੋਂ ਬੜੇ ਧਿਆਨ ਦੇ ਨਾਲ ਸੁਣੋ ਪਹਿਲਾ ਤਿਮੋਥੀਸ 3 ਅਧਿਆਏ ਪਹਿਲੇ ਵਚਨ ਤੋਂ ਲਿਖਿਆ ਇਹ ਵਚਨ ਸੱਤ ਹੈ ਭਈ ਜੋ ਕੋਈ ਨਿਗਾਹ ਬਾਂਧਦੇ ਹੁੱਦੇ ਨੂੰ ਲੋਚਦਾ ਹੈ ਤਾਂ ਉਹ ਚੰਗੇ ਕੰਮ ਨੂੰ ਚਾਹੁੰਦਾ ਹੈ ਸੋ ਬਾਣੀ ਕਹਿੰਦੀ ਆ ਜੇ ਕੋਈ ਨਿਗਾਹ ਬਾਂਧਦੇ ਉਹਦੇ ਨੂੰ ਚਾਹੁੰਦਾ ਤਾਂ ਬਹੁਤ ਵਧੀਆ ਕੰਮ ਨੂੰ ਚਾਹੁੰਦਾ ਕਿਉਂਕਿ ਬਾਣੀ ਕਹਿੰਦੀ ਆ ਕਿ ਫਸਲ ਬਹੁਤ ਪੱਕੀ ਆ ਪਰ ਵਾਢੇ ਥੋੜ੍ਹੇ ਨੇ ਸੋ ਮੇਰੇ ਪਿਆਰੇ ਭੈਣ ਭਾਈਓ ਅੱਜ ਵਾਢੇ ਥੋੜ੍ਹੇ ਨੇ ਅੱਜ ਦੁਨੀਆਂ ਦੇ ਵਿੱਚ ਬਹੁਤ ਸਾਰੇ ਵਾਢੇ ਨੇ ਪਰ ਉਹ ਆਤਮਕ ਨਹੀਂ ਹੈ ਸੋ ਬਾਣੀ ਕਹਿੰਦੀ ਆ ਸੋ ਚਾਹੀਦਾ ਹੈ ਜੋ ਨਿਗਾਹ ਬਾ ਨਿਰਦੋਸ਼ ਇੱਕੋ ਹੀ ਪਤਨੀ ਦਾ ਪਤੀ ਪਰਹੇਜ਼ਗਾਰ ਸੂਰਤ ਵਾਲਾ ਨੇਕ ਚਾਲ ਚੱਲਣ ਪ੍ਰਾਹੁਣਾਚਾਰ ਅਤੇ ਸਿੱਖਿਆ ਦੇਣ ਦੇ ਯੋਗ ਹੋਵੇ ਕਹਿਣ ਦਾ ਭਾਵ ਇਹ ਹੈ ਵੀ ਸੇਵਕ ਨੂੰ ਇਨਸਾਨ ਨੂੰ ਜਿਹੜਾ ਸੇਵਕਾਈ ਕਰਨੀ ਚਾਹੁੰਦਾ ਵਾ ਪਹਿਲਾਂ ਕੁਝ ਸਾਲ ਸੰਗਤ ਕਰਨੀ ਚਾਹੀਦੀ ਹੈ ਸੰਗਤ ਕਰਨ ਤੋਂ ਬਾਅਦ 2-3 ਸਾਲ ਸੰਗਤ ਕਰਨ ਤੋਂ ਬਾਅਦ ਤੋਬਾ ਕਰਨੀ ਜ਼ਰੂਰੀ ਹੈ ਬਪਤਿਸਮਾ ਲੈਣਾ ਜ਼ਰੂਰੀ ਆ ਅਤੇ ਪਵਿੱਤਰ ਆਤਮਾ ਪਾਉਣਾ ਜ਼ਰੂਰੀ ਹੈ ਕਿਉਂਕਿ ਪਵਿੱਤਰ ਆਤਮਾ ਤੋਂ ਬਗੈਰ ਇਨਸਾਨ ਦਾ ਕੋਈ ਮੁੱਲ ਨਹੀਂ ਆ ਸੋ ਯਿਸੂ ਮਸੀਹ ਨੇ 40 ਰਾਤਾਂ 40 ਦਿਨ ਕਲਵਰੀ ਦੇ ਪਹਾੜ ਦੇ ਉੱਤੇ ਤਪੱਸਿਆ ਕੀਤੀ ਸ਼ੈਤਾਨ ਨੇ ਪਰਖਣਾ ਚਾਹਿਆ ਪਰ ਸ਼ੈਤਾਨ ਬਿਲਕੁਲ ਨੀਵਾਂ ਹੋ ਗਿਆ ਲਿਫ ਕੇ ਚਲਿਆ ਗਿਆ ਮੇਰੇ ਭਾਈਓ ਸੇਵਕ ਨਿਰਦੋਸ਼ ਹੋਣਾ ਉਹਦੇ 'ਤੇ ਕੋਈ ਦੋਸ਼ ਨਹੀਂ ਲੱਗਾ ਹੋਣਾ ਚਾਹੀਦਾ ਇੱਕੋ ਹੀ ਪਤਨੀ ਦਾ ਪਤੀ ਅਤੇ ਪਰਹੇਜ਼ਗਾਰ ਲਾਲਚ ਵਾਲਾ ਉਹਦਾ ਜੀਵਨ ਨਹੀਂ ਹੋਣਾ ਚਾਹੀਦਾ ਅਤੇ ਨੇਕ ਉਹਦਾ ਚਾਲ ਚੱਲਣ ਹੋਣਾ ਚਾਹੀਦਾ ਆਏ ਬੰਦੇ ਦਾ ਸਤਿਕਾਰ ਕਰਨ ਵਾਲਾ ਹੋਣਾ ਚਾਹੀਦਾ ਸੇਵਕ ਨੂੰ ਸੰਗਤ ਕਰਨੀ ਚਾਹੀਦੀ ਆ ਆਪਣੇ ਆਗੂ ਦੀ ਆਗਿਆਕਾਰੀ ਕਰਨੀ ਚਾਹੀਦੀ ਆ ਅਤੇ 2-4-5 ਸਾਲ ਦੇ ਬਾਅਦ ਉਹਨੂੰ ਜਦੋਂ ਸੇਵਾ ਉਹਨੇ ਸ਼ੁਰੂ ਕਰਨੀ ਆ ਆਪਣੇ ਆਪ ਹੀ ਨੂੰ ਕੋਈ ਏਰੀਆ ਮਿਲ ਜਾਣਾ ਸੇਵਾ ਕਰਨ ਦਾ ਆਪਣੀ ਮਰਜ਼ੀ ਨਾਲ ਨਹੀਂ ਅੱਜ ਲੋਕ ਕਿੱਦਾਂ ਸੇਵਾ ਕਰਦੇ ਨੇ ਆਪਣੇ ਆਗੂ ਨਾਲ ਨਿਰਾਸ਼ ਹੋ ਕੇ ਚਲੇ ਜਾਂਦੇ ਨੇ ਅਤੇ ਸੇਵਕ ਬਣ ਜਾਂਦੇ ਨੇ ਸੇਵਕਾਈ ਦਾ ਮਤਲਬ ਅੱਜ ਬਹੁਤ ਸਾਰੇ ਲੋਕ ਸਮਝਦੇ ਨਹੀਂ ਗਾ ਲੋਕ ਸਮਝਦੇ ਵੀ ਸੇਵਾਕਾਈ ਕਰਨੀ ਸੌਖੀ ਆ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਪੈਸਾ ਹੋਣਾ ਚਾਹੀਦਾ ਇਸ ਤਰੀਕੇ ਨਾਲ ਕਿਸੇ ਸੇਵਕ ਦੇ ਨਾਂ ਨਾਲ ਅਪੋਸਟਲ ਲੱਗਾ ਆਪਣੇ ਨਾਂ ਨਾਲ ਆ ਲੈਣਾ ਕਿਸੇ ਦੇ ਨਾਂ ਨਾਲ ਬਿਸ਼ਪ ਲੱਗਾ ਆਪਣੇ ਨਾਂ ਇੱਦਾਂ ਨਹੀਂ ਮੇਰੇ ਭਾਈਓ ਤਪੱਸਿਆ ਜਿਹੜੀ ਭਗਤੀ ਜਿਹੜੀ ਕਰਨੀ ਜ਼ਰੂਰੀ ਆ ਆਪਣੀ ਆਗੂ ਦੀ ਆਗਿਆਕਾਰੀ ਕਰਨੀ ਜ਼ਰੂਰੀ ਆ ਆਪਣੀ ਆਗੂ ਦੀ ਆਗਿਆਕਾਰੀ ਕਰਨੀ ਆ ਅੱਜ ਲੋਕ ਆਗੂ ਦੀ ਆਗਿਆਕਾਰੀ ਨਹੀਂ ਕਰਦੇ ਆਗੂ ਦੀ ਝਿੜਕ ਨੂੰ ਨਹੀਂ ਚੱਲਦੇ ਕਿਉਂਕਿ ਬਾਣੀ 'ਚ ਲਿਖਿਆ ਖਰੀ ਸਿੱਖਿਆ ਜਿਹੜੀ ਆ ਖਰੀ ਸਿੱਖਿਆ ਆਗੂ ਦੀ ਝਿੜਕ ਆਗੂ ਦੀ ਤਾੜਨਾ ਬਹੁਤ ਜ਼ਰੂਰੀ ਸੀ ਮੇਰੇ ਭਾਈਓ ਬਾਣੀ ਕਹਿੰਦੀ ਆ ਨਾ ਪਿਆਕੜ ਨਾ ਮੁੱਕੇਬਾ ਸਗੋਂ ਸੀਲ ਸਬਾਹ ਹੋਵੇ ਨਾ ਝਾਗੜੂ ਨਾ ਪੈਸੇ ਦਾ ਲੋਭੀ ਸੇਵਕ ਪੈਸੇ ਦਾ ਲੋਭੀ ਨਹੀਂ ਹੋਣਾ ਚਾਹੀਦਾ ਹੁਣ ਕਈ ਲੋਕ ਮੇਰੇ ਕੋਲ ਆਉਂਦੇ ਨੇ ਜੀ ਆਪਾਂ ਸੇਵਾ ਕਰਨੇ ਆ ਜੀ ਕੋਈ ਸੰਸਥਾ ਵਾਲੇ 2-4 ਲੱਖ ਰੁਪਈਆ ਦੇਣ ਕੋਈ ਸੰਸਥਾ ਵਾਲੇ ਜ਼ਿਆਦਾ ਜਿਹੜੀ ਤਨਖਾਹ ਦੇਣ ਮੇਰੇ ਭਾਈਓ ਮੇਰੀ ਭੈਣੋ ਇਹ ਜ਼ਰੂਰਤਾਂ ਪਰਮੇਸ਼ਰ ਨੇ ਆਪੇ ਪੂਰੀਆਂ ਕਰਨੀਆਂ ਵਾ ਗੇਹਾਜੀ ਨੇ ਲਾਲਚ ਕੀਤਾ ਪੈਸੇ ਦਾ ਲਾਲਚ ਕੀਤਾ 7 ਕੋੜੀਆਂ ਪੀ ਜਿਹੜਾ ਕੋੜ ਉਹਨੇ ਲੈ ਲਿਆ ਇਹ ਵੀ ਤਾਂ ਸੇਵਾਦਾਰ ਹੀ ਪਰ ਆਪਣੀ ਆਗੂ ਦੀ ਅਣਆਗਿਆਕਾਰੀ ਕੀਤੀ ਅਣਆਗਿਆਕਾਰੀ ਨਹੀਂ ਕਰਨੀ ਅੱਜ ਬਹੁਤ ਲੋਕ ਅਣਆਗਿਆਕਾਰੀ ਕਰਦੇ ਨੇ ਸੇਵਾਕਾਰੀ ਕਰਦੇ ਨੇ ਪਰ ਕਹਿੰਦੇ ਕੋਈ ਬਰਕਤ ਨਹੀਂ ਆ ਕੋਈ ਅਸੀਸ ਨਹੀਂ ਆ ਕੋਈ ਸਿਹਤ ਤੰਦਰੁਸਤੀ ਨਹੀਂ ਆ ਕਿਉਂਕਿ ਲਾਲਚ ਮੂਰਤੀ ਪੂਜਾ ਦੇ ਬਰਾਬਰ ਆ ਸੋ ਮੇਰੇ ਪਿਆਰੇ ਭੈਣ ਭਾਈਓ ਨਾ ਪਿਆਕੜ ਖਾਣ ਪੀਣ ਵਾਲਾ ਕੰਮ ਨਹੀਂ ਮੁੱਕੇ ਬਾਅਦ ਝਗੜੇ ਲੜਾਈ ਕਰਨ ਵਾਲਾ ਨਹੀਂ ਨਾ ਪੈਸੇ ਦਾ ਲੋਭੀ ਸੇਵਕ ਹੋਣਾ ਚਾਹੀਦਾ ਮੇਰੇ ਭਾਈਓ ਮੇਰੀ ਉਹ ਭੈਣੋ ਨਾ ਦੁਨੀਆਦਾਰੀ ਦੇ ਕੰਮਾਂ ਦੇ ਵਿੱਚ ਆਉਣ ਵਾਲਾ ਕਿਉਂਕਿ ਬਹੁਤੇ ਸੇਵਕ ਦੁਨੀਆਦਾਰੀ ਦੇ ਕੰਮਾਂ 'ਚ ਆਉਂਦੇ ਆ ਉਹ ਕਿਸੇ ਨਾਲ ਵਿਆਹ ਚਲ ਗਏ ਕਿਸੇ ਨਾਲ ਪਾਰਟੀ ਦੇ ਚਲ ਗਏ ਕਿਸੇ ਨਾਲ ਕੁਝ ਛੋਟਾ ਮੋਟਾ ਕਿਸੇ ਦੇ ਨਾਲ ਨਹੀਂ ਸਿਰਫ ਆਪਣੀ ਕਲਾਮ 'ਚ ਲਿਖਿਆ ਤੇਰੀਆਂ ਅੱਖਾਂ ਜਿਹੜੀਆਂ ਨੱਕ ਦੀ ਸੇਧ ਨੂੰ ਵੇਖਣ ਸਿੱਧਾ ਧਿਆਨ ਪਰਮੇਸ਼ੁਰ ਵੱਲ ਰੱਖਣਾ ਪ੍ਰਾਰਥਨਾ ਵਿੱਚ ਬੰਦਗੀ ਵਿੱਚ ਅੱਗੇ ਵਧਣਾ ਔਰ ਸਭ ਤੋਂ ਜ਼ਰੂਰੀ ਆਪਣੀ ਆਗੂ ਦੀ ਆਗਿਆਕਾਰੀ ਵਿੱਚ ਰਹਿਣਾ ਵਾ ਚਾਹੇ ਤੁਸੀਂ ਪੜ੍ਹਿਓ ਚਾਹੇ ਅਨਪੜ੍ਹਿਓ ਚਾਹੇ ਬਾਈਬਲ ਟੀਚਿੰਗ ਕੀਤੀ ਆ ਜਾਂ ਨਹੀਂ ਕੀਤੀ ਇਸ ਗੱਲ ਦੀ ਕੋਈ ਗੱਲ ਨਹੀਂ ਪਰ ਬਾਣੀ ਨੂੰ ਪੜ੍ਹਨਾ ਜਿੱਦਾਂ ਜਿੱਦਾਂ ਅੱਜ ਦੁਨੀਆਂ 'ਚ ਬਹੁਤ ਸੰਸਥਾ ਬਹੁਤ ਨਹੀਂ ਪਰ ਜਿੱਦਾਂ ਜਿੱਦਾਂ ਬਾਣੀ 'ਚ ਲਿਖਿਆ ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਢਾਲ ਕੇ ਅਤੇ ਅੱਗੇ ਵਧਣਾ ਆਪਣੇ ਘਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਵਾਲਾ ਅਤੇ ਆਪਣੇ ਬਾਲਕਾਂ ਨੂੰ ਪੂਰੀ ਗੰਭੀਰਤਾਈ ਨਾਲ ਵੱਸ ਵਿੱਚ ਰੱਖਣ ਵਾਲਾ ਹੋਵੇ ਠੀਕ ਹੈ ਜੀ ਝਿੜਕ ਜਿਹੜੇ ਜ਼ਰੂਰੀ ਆ ਆਪਣੇ ਬੱਚਿਆਂ ਨੂੰ ਝਿੜਕਣਾ ਵਾ ਆਪਣੇ ਪਰਿਵਾਰ ਨੂੰ ਝਿੜਕਣਾ ਵਾ ਰਾਤ ਨੂੰ ਪ੍ਰਾਰਥਨਾ 'ਤੇ ਬੈਠਣਾ ਵਾ ਸਵੇਰੇ ਉੱਠ ਕੇ ਪ੍ਰਾਰਥਨਾ 'ਤੇ ਬੈਠਣਾ ਇੱਦਾਂ ਸੇਵਾ ਜਿਹੜੀ ਵੱਧਦੀ ਆ ਕਈ ਸੇਵਕ ਜਿਹੜੇ ਨੇ ਉਹ ਪਰਿਵਾਰ ਨੂੰ ਸਮਝਾਉਂਦੇ ਨੇਗੇ ਕਿਉਂਕਿ ਕਲਾਮ 'ਚ ਲਿਖਿਆ ਵਾ ਤੂੰ ਲੋਕਾਂ ਦੇ ਅੱਗੇ ਨਮੂਨਾ ਬਣੀ ਨਮੂਨਾ ਬਣਨਾ ਆਪਣੇ ਪਰਿਵਾਰ ਨੂੰ ਸਮਝਾ ਕੇ ਸਿਖਾ ਕੇ ਉਹਨਾਂ ਨੂੰ ਬੰਦਗੀ ਸਿਖਾਉਣੀ ਆ ਅਤੇ ਆਪਣੀ ਆਗੂ ਦੀ ਆਗਿਆਕਾਰੀ ਵਿੱਚ ਰਹਿ ਕੇ ਪੂਰੀ ਆਗਿਆਕਾਰੀ ਨਾਲ ਕਰਨੀ ਜੇ ਕੋਈ ਆਪਣੇ ਹੀ ਘਰ ਦਾ ਪ੍ਰਬੰਧ ਕਰਨਾ ਨਾ ਜਾਣੇ ਤਾਂ ਪਰਮੇਸ਼ੁਰ ਦੀ ਕਲੀਸਿਆ ਦੀ ਰਖਵਾਲੀ ਕਿਵੇਂ ਕਰੇਗਾ ਜੇ ਕੋਈ ਸੇਵਕ ਆ
ਇਸ ਬਾਣੀ ਨੂੰ ਨਹੀਂ ਪੜ੍ਹਦਾ, ਇਸ ਬਾਣੀ ਦੇ ਮੁਤਾਬਕ ਨਹੀਂ ਚੱਲਦਾ, ਤੂੰ ਕਿਸੇ ਨੂੰ ਚੱਲਣ ਵਾਸਤੇ ਕਿੱਦਾਂ ਕਵੇਗਾ? ਅੱਜ ਬਹੁਤ ਸਾਰੇ ਲੋਕਾਂ ਦੀ ਸੋਚ ਕੀ ਆ, ਲੱਖਾਂ ਲੋਕ ਆ ਜਾਣ, ਹਜ਼ਾਰਾਂ ਲੋਕ ਆ ਜਾਣ, ਪਰ ਹਜ਼ਾਰਾਂ ਲੋਕਾਂ ਦੀ ਜਦੋਂ ਲੱਖਾਂ ਲੋਕਾਂ ਦੀ ਗੱਲ ਆ, ਪ੍ਰਭੂ ਨੇ ਆਪੇ ਲੈ ਆਉਂਦੇ ਹਾਂ। ਆਪਾਂ ਜਦੋਂ ਇਤਿਹਾਸ ਵਿੱਚ ਪੜ੍ਹਦੇ ਹਾਂ ਪੁਰਾਣੇ ਨਿਯਮ ਦੇ ਵਿੱਚ, ਜਿਹੜੇ ਨਬੀ ਸੀ, ਨਬੀਆਂ ਨੂੰ ਕੋਈ ਲਾਲਚ ਨਹੀਂ। ਅਲੀਸ਼ਾ ਨਬੀ ਦੇ ਕੋਲ ਸੋਨੇ ਚਾਂਦੀ ਦੇ ਘੋੜੇ ਲੱਦ ਲੱਦ ਕੇ ਦੂਸਰੇ ਮੁਲਕਾਂ ਤੋਂ ਲੋਕ ਆਉਂਦੇ ਰਹੇ, ਪਰ ਉਹਨੇ ਕੋਈ ਲਾਲਚ ਨਹੀਂ ਕੀਤਾ। ਮੇਰੇ ਭਾਈਓ, ਅੱਜ ਹਰ ਸੇਵਕ ਦੀ ਬਹੁਤਿਆਂ ਦੀ ਕੋਸ਼ਿਸ਼ ਆ ਵੱਧ ਤੋਂ ਵੱਧ ਪੈਸਾ ਇਕੱਠਾ ਕਰਨ ਦੀ, ਅਤੇ ਵੱਧ ਤੋਂ ਵੱਧ ਵਧੀਆ ਮਕਾਨ ਬਣਾਉਣ ਦੀ, ਵੱਧ ਤੋਂ ਵੱਧ ਆਪਣੀ ਜਾਇਦਾਦ ਬਣਾਉਣ ਦੀ। ਮੇਰੇ ਭਾਈਓ, ਕਲਾਮ 'ਚ ਲਿਖਿਆ, ਸਾ ਸਭਨਾਂ ਨੇ ਇੱਕ ਦਿਨ ਮਸੀਹ ਦੇ ਨਿਆਂ ਦੇ ਸੰਘਾਸਨ ਅੱਗੇ ਖੜੇ ਹੋਣਾ। ਸੋ ਜੇ ਤੁਸੀਂ ਪਾਸਟਰ ਬਣਨਾ ਚਾਹੁੰਦੇ ਹੋ, ਸੇਵਾਦਾਰ ਬਣਨਾ ਚਾਹੁੰਦੇ ਹੋ, ਤਾਂ ਆਪਣੇ ਆਗੂ ਦੀ ਆਗਿਆਕਾਰੀ ਕਰੋ, ਲਗਾਤਾਰ ਸੰਗਤ ਕਰੋ। ਤੋਬਾ ਵੀ ਜ਼ਰੂਰੀ ਹੈ, ਬਪਤਿਸਮਾ ਵੀ ਜ਼ਰੂਰੀ ਆ, ਪਵਿੱਤਰ ਆਤਮਾ ਪਾਉਣਾ ਜ਼ਰੂਰੀ ਆ, ਅਤੇ ਵਚਨ ਦੇ ਜੋ ਆਗੂ ਬਾਣੀ 'ਚੋਂ ਦੱਸਦੇ ਉਹਨੂੰ ਲਿਖੋ ਲਿਖੋ, ਅਤੇ ਆਪਣੇ ਆਗੂ ਦੀ ਆਗਿਆਕਾਰ ਵਿੱਚ ਰਹਿਣਾ ਵਾ। ਲਾਲਚ ਵਿੱਚ ਨਹੀਂ, ਗੁੱਸੇ ਨਾਰਾਜ਼ਗੀ ਨਾਲ ਨਹੀਂ। ਖਰੀ ਸਿੱਖਿਆ ਜਿਹੜੀ ਆ, ਸਖ਼ਤ ਸਿੱਖਿਆ ਜਿਹੜੀ ਆ, ਅੱਜ ਆਗੂ ਦਿੰਦੇ ਨੇ, ਪਰ ਲੋਕ ਝੱਲਦੇ ਨਹੀਂ ਆ, ਝੱਟ ਮੂੰਹ ਵੱਟ ਕੇ ਦੂਜੇ ਥਾਂ ਚਲੇ ਜਾਂਦੇ, ਤੀਜੇ ਥਾਂ ਚਲੇ ਜਾਂਦੇ, ਪਰ ਇੱਦਾਂ ਨਹੀਂ ਮੇਰੇ ਭਾਈਓ। ਚਰਚ ਜਿਹੜੀ ਬਦਲਿਆ ਨਹੀਂ, ਬਰਕਤ ਮਿਲਣੀ, ਬਰਕਤ ਮਿਲਣੀ ਨਿਹਚਾ ਦੇ ਨਾਲ, ਆਗਿਆ ਜਦੋਂ ਅਸੀਂ ਬਾਣੀ ਦਾ ਇਤਿਹਾਸ ਪੜ੍ਹਦੇ ਹਾਂ ਆਗਿਆਕਾਰੀ ਦੇ ਵਿੱਚ, ਕਿੰਨੇ ਕਿੰਨੇ ਸਾਲ, 10, 20, 30, 40 ਸਾਲ ਇਹਦੇ 'ਚ ਬਹੁਤ ਸਾਰੇ ਸੇਵਕਾਂ ਨੇ ਆਪਣੀ ਆਗੂ ਦੀ ਆਗਿਆਕਾਰੀ ਕੀਤੀ ਆ। ਸੋ ਸੇਵਕਾਈ ਜਿਹੜੀ ਆ, ਮਨਿਸਟਰੀ ਜਿਹੜੀ ਆ, ਇਹ ਪੈਸੇ ਦੇ ਜੋਬ ਸਮਝ ਕੇ ਨਹੀਂ, ਬਹੁਤ ਸਾਰੇ ਲੋਕ ਜੋਬ ਸਮਝ ਕੇ ਇਹਨੂੰ ਕਰਦੇ ਨੇ। ਮੇਰੇ ਭਾਈਓ, ਇੱਦਾਂ ਨਹੀਂ ਕਰਨਾ, ਆਗਿਆਕਾਰੀ ਨਾਲ ਚੱਲਣਾ। ਉਹ ਨਵਾਂ ਚੇਲਾ ਨਾ ਹੋਵੇ ਭਾਈ, ਕਿਤੇ ਫੁੱਲ ਕੇ ਸ਼ੈਤਾਨ ਵਾਲੀ ਸਾਇਆ ਵਿੱਚ ਨਾ ਪਵੇ। ਅੱਜ ਕਈ ਨਵੇਂ ਚੇਲੇ ਕੀ ਆ, ਉਹ ਨੁਕਸਾਨ ਕਰ ਲੈਂਦੇ ਨੇ। ਮੈਂ ਬਹੁਤ ਸਾਰੇ ਲੋਕਾਂ ਦੇ ਬਾਰੇ ਜਾਣਦਾ ਹਾਂ, ਸੇਵਾ ਨਵੀਂ ਕਰਦੇ ਨੇ ਅਤੇ ਆਪਣਾ ਬੜਾ ਵੱਡਾ ਨੁਕਸਾਨ ਕਰਦੇ ਨੇ। ਕਿਉਂ? ਪ੍ਰਾਰਥਨਾ ਕਰਦੇ ਨਹੀਂ ਆ, ਬਾਣੀ ਪੜ੍ਹਦੇ ਨਹੀਂ ਆ, ਅਤੇ ਵੱਡੇ ਵੱਡੇ ਕੰਮ ਦਿਖਾਵੇ ਵਾਸਤੇ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਮੈਂ ਤੁਹਾਨੂੰ ਬਾਣੀ ਵਿੱਚੋਂ ਵੀ ਕਈ ਵਾਰ ਦੱਸਿਆ, ਪ੍ਰਭੂ ਦੇ ਅੱਗੇ ਨੀਵੇਂ ਬਣੋ, ਤੁਹਾਨੂੰ ਜਦੋਂ ਉੱਚਿਆਂ ਕਰਨਾ, ਜਦੋਂ ਤਰੱਕੀ ਦੇਣੀ, ਪ੍ਰਭੂ ਨੇ ਆਪੇ ਦੇ ਦੇਣੀ ਆ। ਆਪਣੀ ਮਰਜ਼ੀ ਨਾਲ ਨਹੀਂ, ਆਪਣੀ ਸੋਚਾਂ ਨਾਲ ਨਹੀਂ, ਆਪਣੀ ਸੋਚ ਨਾਲ ਨਹੀਂ ਚੱਲਣਾ। ਅੱਜ ਬਹੁਤ ਸਾਰੇ ਲੋਕ ਆਪਣੀ ਸੋਚ ਨਾਲ ਚੱਲਦੇ ਨੇ, ਕੋਈ ਨਵੇਂ ਨਵੇਂ ਚੇਲੇ ਜਿਹੜੇ ਉੱਠਦੇ ਨੇ, ਆਪਣਾ ਨੁਕਸਾਨ ਕਰ ਲੈਂਦੇ ਨੇ। ਫੁੱਲ ਕੇ ਸ਼ੈਤਾਨ ਵਾਲੀ ਸਜ਼ਾ ਵਿੱਚ ਨਹੀਂ ਪੈਣਾ, ਗਿਹਾ ਜੀ ਫੁੱਲ ਕੇ ਸ਼ੈਤਾਨ ਵਾਲੀ ਸਜ਼ਾ ਵਿੱਚ ਪੈ ਗਿਆ। ਅਤੇ ਸ਼ਾਉ ਨੇ ਲਾਲਚ ਕੀਤਾ, ਔਰ ਉਹਦਾ ਰਾਜ ਭਾਗ ਖੋਇਆ ਗਿਆ, ਉਹ ਬਿਲਕੁਲ ਜੀਰੋ ਹੋ ਗਿਆ, ਅਤੇ ਬਿਲਕੁਲ ਭ੍ਰਿਸ਼ਟ ਆਤਮਾ ਉਹਦੇ ਉੱਤੇ ਆ ਗਿਆ। ਮੇਰੇ ਭਾਈਓ, ਲਾਲਚ ਨਹੀਂ ਕਰਨਾ। ਬਾਣੀ ਕਹਿੰਦੀ ਜਦੋਂ ਸਾਨੂੰ ਰੋਟੀ ਪਾਣੀ ਮਿਲਿਆ ਸਾਡੇ ਵਾਸਤੇ ਹੀ ਬਥੇਰਾ। ਸੋ ਦਿਖਾਵਾ ਨਹੀਂ ਕਰਨਾ, ਨੀਵੇਂ ਬਣਨਾ, ਆਪਣੀ ਆਗੂ ਦੀ ਆਗਿਆਕਾਰ ਵਿੱਚ ਰਹਿ ਕੇ, ਅਤੇ ਵਚਨ ਜੋ ਵੀ ਦਾਸ ਐਤਵਾਰ ਦੱਸਦੇ ਉਹ ਵਚਨ ਲਿਖਿਆ ਕਰੋ। ਵਚਨ ਲਿਖੋਗੇ ਫਿਰ ਤੁਹਾਨੂੰ ਪਤਾ ਲੱਗਣਾ, ਆਪਣੀ ਆਗੂ ਦੀ ਆਗਿਆਕਾਰ ਵਿੱਚ ਰਹਿ ਕੇ। ਨਾਲੇ ਚਾਹੀਦਾ ਹੈ ਜੋ ਬਾਹਰ ਵਾਲਿਆਂ ਦੇ ਕੋਲੋਂ ਉਹਦੀ ਨੇਕਨਾਮੀ ਹੋਵੇ। ਬਾਹਰ ਵਾਲੇ ਲੋਕ ਵੀ ਸਿਫਤ ਕਰਨ, ਠੀਕ ਹੈ ਬੰਦਾ ਇਮਾਨਦਾਰ ਵਾ, ਇਹ ਲਾਲਚ ਨਹੀਂ ਕਰਦਾ, ਮੂੰਹ ਮੰਗੇ ਪੈਸੇ ਨਹੀਂ ਲੈਂਦਾ, ਇਹਦੀ ਸੋਚ ਗੰਦੀ ਨਹੀਂ ਆ, ਇਹਦੇ ਦਿਲ ਵਿੱਚ ਕੋਈ ਪਾਪ ਨਹੀਂ ਆ। ਬਾਹਰਲੇ ਲੋਕਾਂ ਦੇ ਕੋਲ ਵੀ ਨੇਕਨਾਮੀ ਹੋਣੀ ਚਾਹੀਦੀ ਆ। ਜੇ ਤੁਸੀਂ ਤਰੱਕੀ ਦੀ ਗੱਲ ਕਰਦੇ ਹੋ, ਪਰਮੇਸ਼ਰ ਨੇ ਆ ਜਦੋਂ ਤਰੱਕੀ ਦਾ ਟਾਈਮ ਆ ਗਿਆ ਆਪੇ ਦੇ ਦੇਣੀ। ਬਾਕੀ ਭਗਤੀ, ਪ੍ਰਾਰਥਨਾ, ਬੰਦਗੀ ਵਚਨਾਂ ਦੇ ਮੁਤਾਬਕ ਕਰਨੀ ਆ, ਆਪਣੇ ਆਪ ਹੀ ਪਰਮੇਸ਼ਰ ਤਰੱਕੀ ਦੇਣਗੇ। ਅੱਗੇ ਲਿਖਿਆ ਹੈ ਜੀ ਭਈ, ਉਹ ਬੋਲੀ ਹੇਠ ਨਾ ਆ ਜਾਵੇ, ਵੀ ਕਿਤੇ ਸ਼ੈਤਾਨ ਦੀ ਫਾਹੀ ਵਿੱਚ ਨਾ ਫਸ ਜਾਵੇ। ਸ਼ੈਤਾਨ ਵਾਲੀ ਫਾਹੀ ਵਿੱਚ ਨਹੀਂ ਫਸਣਾ। ਮੇਰੇ ਭਾਈਓ, ਮੇਰੀ ਭੈਣੋ, ਤੁਸੀਂ ਤੋਬਾ ਕਰੋ, ਤੁਸੀਂ ਬਪਤਿਸਮਾ ਲਓ, ਅਤੇ ਆਪਣੇ ਪਰਿਵਾਰ ਨੂੰ ਸਿਖਾਓ। ਕਿਉਂ? ਬਾਣੀ ਕਹਿੰਦੀ ਪ੍ਰਭ ਯੇਸ਼ੂ ਦੇ ਨੇਚਾ ਕਰਤਾ, ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ। ਆਪਣੇ ਪਰਿਵਾਰ ਨੂੰ ਬਾਣੀ ਸਿਖਾਓ, ਆਪਣੇ ਪੂਰੇ ਪਰਿਵਾਰ ਨੂੰ ਤੋਬਾ ਕਰਾਓ, ਪੂਰੇ ਪਰਿਵਾਰ ਨੂੰ ਬਪਤਿਸਮਾ ਲਓ, ਅਤੇ ਐਵੇਂ ਆਪਣੀ ਮਰਜ਼ੀ ਨਾਲ ਨਹੀਂ ਲੋਕਾਂ ਦੀ ਪ੍ਰਾਰਥਨਾ ਕਰਨੀ। ਕਿਉਂਕਿ ਬਾਣੀ 'ਚ ਲਿਖਿਆ ਤੁਸੀਂ ਘਰ ਘਰ ਨਾ ਫਿਰੋ, ਜੇ ਕੋਈ ਤੁਹਾਨੂੰ ਸੱਦੇਗਾ ਤਾਂ ਜ਼ਰੂਰ 1.5-2.5 ਘੰਟੇ ਨਾਲ ਨਿਤਨੇਮ ਕਰਨਾ, ਜਿਸ ਵੀ ਘਰ ਵਿੱਚ ਜਾਣਾ ਵਾ। ਐਵੇਂ ਸ਼ੈਤਾਨ ਨੂੰ ਸੇੜੋਗੇ ਤਾਂ ਫਿਰ ਤੁਹਾਡਾ ਬੜਾ ਵੱਡਾ ਨੁਕਸਾਨ ਕਰੇਗਾ। ਪਰ ਆਪਣੀ ਆਗੂ ਦੀ ਆਗਿਆਕਾਰ ਵਿੱਚ ਰਹਿ ਕੇ, ਸੇਵਾ ਆਗੂ ਦੀ ਆਗਿਆਕਾਰ ਵਿੱਚ ਰਹਿ ਕੇ ਕਰਨੀ ਆ। ਫਿਰ ਆਪਾਂ ਜਦੋਂ 2, 4, 5, 7 ਸਾਲ ਬੰਦਾ ਆਗਿਆਕਾਰੀ ਕਰਦਾ, ਉਹਨੂੰ ਪਾਸਟਰ ਦਾ ਸਰਟੀਫਿਕੇਟ ਵੀ ਦੇ ਦੀਦਾ ਵਾ, ਹੋਰ ਵੀ ਜਿਹੜੀ ਗੌਰਮੈਂਟ ਦੀ ਮਾਨਤਾ ਉਹਨੂੰ ਦੇ ਦੀਦੀ ਆ। ਆਗਿਆਕਾਰੀ ਨਾਲ ਚੱਲਣਾ ਵਾ, ਗਲਤ ਢੰਗ ਨਾਲ ਸੇਵਾ ਨਹੀਂ ਕਰਨੀ, ਆਪਣੀ ਮਰਜ਼ੀ ਨਾਲ ਤੁਰੇ ਨਹੀਂ ਫਿਰਨਾ, ਆਗੂ ਦੀ ਆਗਿਆਕਾਰੀ ਵਿੱਚ ਰਹਿ ਕੇ। ਜਿਹੜਾ ਬੰਦਾ 10 ਸਾਲ ਸੰਗਤ ਕਰਦਾ ਵਾ, ਸਾਡੇ ਕੋਲ ਤੋਬਾ ਕਰਦਾ, ਬਪਤਿਸਮਾ ਲੈਂਦਾ, ਉਹਨੂੰ ਬਚਨ ਹਰ ਸੰਡੇ ਲਿਖਣ ਵਾਸਤੇ ਕਹੀਦਾ, ਫਿਰ ਉਹਨੂੰ ਮਸਾਂ ਕਰੀਦਾ। ਮਸਾਂ ਕਰਨ ਤੋਂ ਬਗੈਰ ਨਹੀਂ, ਆਪਣੀ ਮਰਜ਼ੀ ਨਾਲ ਨਹੀਂ ਤੁਰੇ ਫਿਰਨਾ। ਇਹ ਸੇਵਾ ਕਾਈ ਕਰੋ, ਸ਼ੌਂਕ ਨਾਲ ਕਰੋ, ਰੀਝ ਨਾਲ ਕਰੋ, ਸੇਵਾ ਕਾਈ ਕਰਨੀ ਚਾਹੀਦੀ ਆ। ਕਿਉਂਕਿ ਬਾਣੀ ਕਹਿੰਦੀ ਆ ਵੀ ਇਹ ਵਾਢੇ ਥੋੜ੍ਹੇ ਨੇ, ਪਰ ਰੂਹ ਸਿੱਚਾਈਆਂ ਸੇਵਾ ਕਰੋ। ਇੱਕ ਨੌਕਰੀ ਸਮਝ ਕੇ ਨਹੀਂ, ਇੱਕ ਜੋਬ ਸਮਝ ਕੇ ਨਹੀਂ, ਪੈਸੇ ਵਾਸਤੇ ਨਹੀਂ ਸੇਵਾ ਕਰਨੀ ਵੀ ਆਸਾਨ ਜਿਹਾ ਕੰਮ ਵਾ ਅਤੇ ਮੈਂ ਇਹ ਕਰਨਾ। ਨਹੀਂ, ਇਹ ਬਹੁਤ ਔਖਾ ਕੰਮ ਆ, ਇਹਦੇ ਵਿੱਚ ਲਗਨ ਲਾਉਣੀ ਪੈਂਦੀ ਆ, ਔਰ ਕਈ ਕਈ ਘੰਟੇ ਦੁਆ ਕਰਨੀ ਪੈਂਦੀ ਆ,
ਵਰਤ ਰੱਖਣੇ ਪੈਂਦੇ ਨੇ, ਹਲੀਮ ਬਣਨਾ ਪੈਂਦਾ ਵਾ, ਹਰ ਇੱਕ ਦੀ ਗੱਲ ਸੁਣਨੀ ਪੈਂਦੀ ਆ, ਜਰਨੀ ਪੈਂਦੀ ਆ, ਅਤੇ ਹਰ ਇੱਕ ਨੂੰ ਸਮਝਾਉਣਾ ਸਿਖਾਉਣਾ ਪੈਂਦਾ ਵਾ। ਐਵੇਂ ਸੇਵਾ ਕੋਈ ਹਾਸਾ ਮਜ਼ਾਕ ਨਹੀਂ ਗੀ। ਸੋ ਹੁਣ ਅਗਲੀ ਵਾਰ ਮੈਂ ਤੁਹਾਨੂੰ ਦੱਸਾਂਗਾ ਵੀ ਜਿਹੜੀ ਲੇਡੀਜ਼ ਪਾਸਟਰ ਆ, ਜਿਹੜੀਆਂ ਭੈਣਾਂ ਸੇਵਾ ਕਰਦੀਆਂ ਨੇ, ਉਹਨਾਂ ਦੇ ਬਾਰੇ ਵੀ ਮੈਂ ਤੁਹਾਨੂੰ ਦੱਸਾਂਗਾ। ਸੋ ਤੁਸੀਂ ਬੱਚੇ ਨੂੰ ਬੜੇ ਧਿਆਨ ਨਾਲ ਸੁਣਿਆ ਵਾ, ਅਤੇ ਸਾਰਿਆਂ ਨੇ ਸੁਣਨਾ ਵਾ, ਸੁਣਾਉਣਾ ਵਾ, ਸਭ ਨੂੰ ਦੱਸਣਾ ਵਾ ਵੀ ਵਚਨ ਪੜ੍ਹਨੇ ਨੇ, ਉਹਦੇ ਮੁਤਾਬਕ ਚੱਲਣਾ ਵਾ, ਆਗੂ ਦੀ ਆਗਿਆਕਾਰੀ ਕਰਨੀ ਆ, ਅਤੇ ਜੋ ਕੁਝ ਬਾਣੀ 'ਚ ਲਿਖਿਆ ਇਹਦੇ ਮੁਤਾਬਕ ਢਲਣਾ। ਅੱਜ ਸੰਸਥਾ ਬਹੁਤ ਆ, ਕੋਈ ਸੰਸਥਾ ਮਿਸ਼ਨਾਂ ਦੀ ਕਮੀ ਨਹੀਂ ਆ, ਪਰ ਆਪਾਂ ਬਾਣੀ ਪੜ੍ਹ ਕੇ ਇਹਦੇ ਮੁਤਾਬਕ ਚੱਲ ਚੱਲ ਕੇ ਆਪਣੇ ਆਪ ਨੂੰ ਢਲਣਾ ਵਾ। ਜਿਵੇਂ ਯਸੂ ਮਸੀਹ ਨੇ ਬਾਪ ਬੇਟਾ ਪਾਕ ਰੂਹ ਦੇ ਨਾਲ ਬਪਤਿਸਮਾ ਲਿਆ ਸੀ, ਇਸੇ ਤਰ੍ਹਾਂ ਅਸੀਂ ਬਪਤਿਸਮਾ ਲੈਣਾ, ਦੁਨੀਆਂ ਦੇ ਵੱਲੋਂ ਮਰ ਕੇ ਪ੍ਰਭੂ ਦੇ ਵਿੱਚ ਜਿਉਂਦੇ ਹੋਣਾ ਵਾ, ਫਿਰ ਅਸੀਂ ਸੇਵਾਕਾਈ ਕਰਨੀ ਆ, ਤੁਹਾਡੀ ਸੇਵਕਾਈ, ਤੁਹਾਡੀ ਮਿਨਿਸਟਰੀ ਸਵਰਗ ਵਿੱਚ ਸਵੀਕਾਰ ਹੋਵੇਗੀ, ਕਬੂਲ ਹੋਵੇਗੀ। ਸੋ ਅੱਜ ਮੈਂ ਤੁਹਾਨੂੰ ਬਾਣੀ 'ਚ ਥੋੜ੍ਹਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਪਾਸਟਰ ਬਣਨ ਦਾ, ਸੇਵਕ ਬਣਨ ਦਾ ਆਸਾਨ ਤਰੀਕਾ ਇਹੀ ਹੈ ਵੀ ਬਾਣੀ ਪੜ੍ਹੋ, ਐਤਵਾਰ ਸੰਗਤ ਕਰੋ, ਤੋਬਾ ਕਰੋ, ਬਪਤਿਸਮਾ ਲਓ, ਵਚਨਾਂ ਨੂੰ ਰੋਜ਼ ਪੜ੍ਹੋ। ਇਹ ਬਾਈਬਲ ਪਹਿਲੇ ਸਫੇ ਤੋਂ ਲਾਸਟ ਸਮੇਂ ਤੱਕ ਪੜ੍ਹਨੀ ਆ, ਪੜ੍ਹਨ ਤੋਂ ਬਾਅਦ ਜਦੋਂ ਪੂਰੀ ਹੋ ਜਾਂਦੀ ਫਿਰ ਦੁਬਾਰਾ ਇਹਨੂੰ ਸ਼ੁਰੂ ਕਰੋ। ਇਸ ਤਰ੍ਹਾਂ ਹੁਣ ਮੈਂ 14 ਵਾਰ ਇਹ ਬਾਈਬਲ ਲਗਾਤਾਰ ਪੜ੍ਹ ਚੁੱਕਾ ਹਾਂ। ਇਹ ਬਾਈਬਲ ਨੂੰ ਤੁਸੀਂ ਲਗਾਤਾਰ ਪੜ੍ਹਨਾ ਵਾ, ਇਹਦੇ ਵਿੱਚ ਜੋ ਕੁਝ ਤੁਹਾਨੂੰ ਵਚਨ ਮਿਲੇ ਉਹਦੇ ਮੁਤਾਬਕ ਤੁਸੀਂ ਆਪਣੇ ਆਪ ਨੂੰ ਢਾਲਣਾ। ਸੋ ਤੁਸੀਂ ਬੜੀ ਸ਼ਰਧਾ ਭਾਵਨਾ ਅਤੇ ਰੀਚਾਨਾ ਪ੍ਰਭੂ ਦੇ ਪੁੱਤਰ ਭਵਨ ਦੇ ਵਿੱਚ ਆਉਂਦੇ ਹੋ। ਆਏ ਹੋਏ ਸਾਰੇ ਭੈਣਾਂ ਭਾਈ ਨੂੰ ਜੈ ਮਸੀਹ।